ਇੱਕ ਵਾਰ ਬਾਦਸ਼ਾਹ ਅਕਬਰ ਅਤੇ ਬੀਰਬਲ ਸ਼ਿਕਾਰ ਕਰਨ ਗਏ ਅਤੇ ਉੱਥੇ ਸ਼ਿਕਾਰ ਕਰਦੇ ਸਮੇਂ ਅਕਬਰ ਦੀ ਉਂਗਲੀ ਕੱਟੀ ਗਈ। ਅਕਬਰ ਨੂੰ ਬਹੁਤ ਦਰਦ ਹੋਇਆ। ਕੋਲ ਖੜ੍ਹੇ ਬੀਰਬਲ ਨੇ ਕਿਹਾ ਕਿ ਕੋਈ ਗੱਲ ਨਹੀਂ ਬਾਦਸ਼ਾਹ, ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ। ਬੀਰਬਲ ਦੀ ਇਸ ਗੱਲ 'ਤੇ ਅਕਬਰ ਨੂੰ ਬਹੁਤ ਗੁੱਸਾ ਆਇਆ ਅਤੇ ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬੀਰਬਲ ਨੂੰ ਜੇਲ੍ਹ ਵਿੱਚ ਲੈ ਜਾਓ ਅਤੇ ਇਸ ਨੂੰ ਬੰਦ ਕਰ ਦਿਓ। ਸਿਪਾਹੀਆਂ ਨੇ ਬੀਰਬਲ ਨੂੰ ਬੰਨ੍ਹ ਕੇ ਕੈਦ ਕਰ ਦਿੱਤਾ ਅਤੇ ਅਕਬਰ ਇਕੱਲਾ ਹੀ ਸ਼ਿਕਾਰ 'ਤੇ ਅੱਗੇ ਵਧਿਆ। ਸ਼ਿਕਾਰ ਕਰਦੇ ਵਕਤ ਰਾਸਤੇ ਵਿੱਚ ਕੁਝ ਕਬੀਲੇ ਵਿੱਚ ਰਹਿਣ ਵਾਲੇ ਲੋਕਾਂ ਨੇ ਜਾਲ ਵਿਛਾ ਕੇ ਅਕਬਰ ਨੂੰ ਬੰਦੀ ਬਣਾ ਲਿਆ ਅਤੇ ਅਕਬਰ ਦੀ ਬਲੀ ਦੇਣ ਲਈ ਆਪਣੇ ਮੁਖੀ ਕੋਲ ਲੈ ਗਏ। ਜਿਵੇਂ ਹੀ ਚੀਫ ਅਕਬਰ ਦੀ ਬਲੀ ਦੇਣ ਲਈ ਅੱਗੇ ਵਧਿਆ ਤਾਂ ਕਿਸੇ ਨੇ ਦੇਖਿਆ ਕਿ ਅਕਬਰ ਦੀ ਉਂਗਲੀ ਕੱਟੀ ਗਈ ਹੈ, ਯਾਨੀ ਕਿ ਟੁੱਟ ਚੁੱਕੀ ਹੈ। ਇਸ ਲਈ ਇਹ ਕੁਰਬਾਨੀ ਨਹੀਂ ਦਿੱਤੀ ਜਾ ਸਕਦੀ ਅਤੇ ਉਸਨੇ ਅਕਬਰ ਨੂੰ ਆਜ਼ਾਦ ਕਰ ਦਿੱਤਾ। ਅਕਬਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹ ਤੁਰੰਤ ਬੀਰਬਲ ਕੋਲ ਗਿਆ। ਅਕਬਰ ਨੇ ਬੀਰਬਲ ਨੂੰ ਕੈਦ ਤੋਂ ਰਿਹਾ ਕਰ ਦਿੱਤਾ ਅਤੇ ਉਸਨੇ ਬੀਰਬਲ ਤੋਂ ਮਾਫ਼ੀ ਮੰਗੀ ਕਿ ਉਸਨੇ ਬੀਰਬਲ ਵਰਗੇ ਸੂਝਵਾਨ ਅਤੇ ਦੂਰਦਰਸ਼ੀ ਦੋਸਤ ਨੂੰ ਕੈਦ ਕਰਕੇ ਬਹੁਤ ਵੱਡੀ ਗਲਤੀ ਕੀਤੀ। ਬੀਰਬਲ ਨੇ ਫਿਰ ਕਿਹਾ, ਜੋ ਵੀ ਹੁੰਦਾ ਹੈ ਹਮੇਸ਼ਾ ਚੰਗੇ ਲਈ ਹੀ ਹੁੰਦਾ ਹੈ। ਤਾਂ ਅਕਬਰ ਨੇ ਪੁੱਛਿਆ ਕਿ ਤੈਨੂੰ ਕੈਦੀ ਬਣਾ ਕੇ ਭਲਾ ਮੈਂ ਕੀ ਚੰਗਾ ਕੀਤਾ। ਬੀਰਬਲ ਨੇ ਦੱਸਿਆ, ਬਾਦਸ਼ਾਹ, ਜੇ ਤੁਸੀਂ ਮੈਨੂੰ ਕੈਦੀ ਨਾ ਬਣਾਇਆ ਹੁੰਦਾ ਤਾਂ ਮੈਂ ਤੁਹਾਡੇ ਨਾਲ ਸ਼ਿਕਾਰ ਨੂੰ ਜਾਂਦਾ ਅਤੇ ਉਹ ਕਬੀਲੇ ਵਾਲੇ ਲੋਕ ਮੈਨੂੰ ਕੁਰਬਾਨ ਕਰ ਦਿੰਦੇ। ਇਸ ਤਰ੍ਹਾਂ ਬੀਰਬਲ ਦੀ ਕਹਾਵਤ ਸੱਚ ਹੋ ਗਈ ਕਿ ਜੋ ਮਰਜ਼ੀ ਹੋ ਜਾਵੇ ਉਸਦਾ ਨਤੀਜਾ ਹਮੇਸ਼ਾ ਚੰਗਾ ਹੀ ਨਿਕਲਦਾ ਹੈ। ਦੋਸਤੋ, ਇਹ ਕਹਾਣੀ ਸਾਬਤ ਕਰਦੀ ਹੈ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ। ਚੰਗੇ ਦਾ ਅਰਥ ਹੈ ਨਿਰਪੱਖ ਅਤੇ ਨਿਆਂਪੂਰਨ ਨਤੀਜਾ। ਜੇਕਰ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦਾ ਨਿਰਣਾ ਕਰਨ ਲਈ ਬੁਲਾਇਆ ਜਾਵੇ ਜਿਸ ਨੇ ਮਾੜਾ ਕੰਮ ਕੀਤਾ ਹੈ ਤਾਂ ਤੁਸੀਂ ਕੀ ਕਰੋਗੇ? ਤੁਸੀਂ ਉਸਨੂੰ ਅਜਿਹੀ ਸਜ਼ਾ ਜ਼ਰੂਰ ਦਿਓ ਜਾਂ ਉਸਨੂੰ ਅਜਿਹਾ ਕੰਮ ਕਰਨ ਲਈ ਕਹੋ ਤਾਂ ਜੋ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ? ਅਤੇ ਅਜਿਹਾ ਕਰਨਾ ਸਭ ਤੋਂ ਵੱਧ ਜਾਇਜ਼ ਅਤੇ ਉਚਿਤ ਹੋਵੇਗਾ। ਦੋਸਤੋ, ਹੁਣ ਸਵਾਲ ਇਹ ਹੈ ਕਿ ਜਿਸਨੇ ਮਾੜਾ ਕੰਮ ਕੀਤਾ ਹੈ ਉਸਨੂੰ ਸਜ਼ਾ ਦੇਣ ਵਿੱਚ ਕੀ ਭਲਾ ਹੋਇਆ? ਉਸ ਵਿਅਕਤੀ ਨੇ ਸਜ਼ਾ ਦੇ ਕੇ ਚੰਗਾ ਕੀਤਾ, ਕਿਉਂਕਿ ਜੇਕਰ ਉਸ ਵਿਅਕਤੀ ਨੂੰ ਇਹ ਅਹਿਸਾਸ ਨਾ ਹੁੰਦਾ ਕਿ ਉਸਨੇ ਕੁਝ ਗਲਤ ਕੀਤਾ ਹੈ ਤਾਂ ਉਹ ਵਿਅਕਤੀ ਆਪਣੀ ਸਾਰੀ ਉਮਰ ਅਜਿਹੇ ਮਾੜੇ ਕੰਮਾਂ ਵਿੱਚ ਬਰਬਾਦ ਕਰ ਸਕਦਾ ਹੈ ਅਤੇ ਜਦੋਂ ਉਸਦੇ ਬਾਲ ਤੇ ਦੰਦ ਸਫੇਦ ਹੋਣੇ ਸ਼ੁਰੂ ਹੋ ਜਾਂਦੇ ਹਨ ਤਾਂ ਉਹ ਪਛਤਾਉਂਦਾ ਹੈ ਕਿ ਜੇ ਉਸ ਸਮੇਂ ਕਿਸੇ ਨੇ ਸਹੀ ਰਸਤਾ ਵਿਖਾਇਆ ਹੁੰਦਾ ਤਾਂ ਇਹ ਜੀਵਨ ਵਿਅਰਥ ਨਾ ਜਾਂਦਾ। ਇਸ ਸੰਸਾਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜੋ ਬਿਨਾਂ ਮੁਸ਼ਕਲਾਂ, ਹਾਰਾਂ, ਸਖ਼ਤ ਮਿਹਨਤ ਅਤੇ ਗਲਤੀਆਂ ਦੇ ਨਾਲ ਸਫਲ ਹੋਇਆ ਹੋਵੇ। ਇਸ ਲਈ ਇਹ ਸੰਭਵ ਹੈ ਕਿ ਤੁਹਾਡੀਆਂ ਮੁਸੀਬਤਾਂ, ਮੁਸ਼ਕਲਾਂ, ਹਾਰਾਂ ਅਤੇ ਗਲਤੀਆਂ ਇਸ ਗੱਲ ਦਾ ਸੰਕੇਤ ਹਨ ਕਿ ਤੁਸੀਂ ਜਲਦ ਹੀ ਸਫਲ ਹੋਣ ਜਾ ਰਹੇ ਹੋ। ਦੋਸਤ, ਸਾਡੇ ਨਾਲ ਵੀ ਹਮੇਸ਼ਾ ਚੰਗੇ ਹੁੰਦੇ ਹਨ। ਫਰਕ ਸਿਰਫ ਇਹ ਹੈ ਕਿ ਕੁਝ ਲੋਕ ਇਸ ਗੱਲ 'ਤੇ ਵਿਸ਼ਵਾਸ ਕਰਦੇ ਹਨ ਅਤੇ ਹਿੰਮਤ ਨਹੀਂ ਹਾਰਦੇ ਅਤੇ ਇਹ ਦ੍ਰਿੜ ਇਰਾਦਾ ਅਤੇ ਅਵਿਸ਼ਵਾਸ ਉਸ ਉਹਨਾਂ ਨੂੰ ਸਫਲਤਾ ਵੱਲ ਲੈ ਕੇ ਜਾਂਦਾ ਹੈ। ਦੂਜੇ ਪਾਸੇ ਕੁਝ ਲੋਕ ਅਜਿਹੀਆਂ ਗੱਲਾਂ 'ਤੇ ਵੀ ਵਿਸ਼ਵਾਸ ਨਹੀਂ ਕਰਦੇ ਅਤੇ ਜਲਦ ਹੀ ਨਿਰਾਸ਼ ਹੋ ਜਾਂਦੇ ਹਨ ਅਤੇ ਇਹ ਨਿਰਾਸ਼ਾ ਉਹਨਾਂ ਨੂੰ ਕਾਮਯਾਬ ਹੋਣ ਤੋਂ ਰੋਕਦੀ ਹੈ।